ओके सत श्री अकाल, मेरा नाम पग पग दीपक और अज जिन्हों का मुर्गा बनन जा रहा है उन्हों का नाम है चिट्टे सूट ते दाग पै गया गीता भाजी। और जो मुर्गा बनाएंगे, क्योंकि एक बंदा मुर्गा बनाता है तो मिर्ची वाला होंगे, अज तीन तीन जाने हैं, मंगी भाजी, नीकू भाजी, राय भाजी। सो असी कॉल करांगे मंगी भाजी के फोन तो, भाजी का फोन बाहर जाएगा और भाजी के फोन तो होएगा गीता भाजी का फोन। सो कर दें कॉल। आप जिस व्यक्ति से बात कर रहे हैं उन्होंने तारा जोड़ियां लग दिया। हेलो हेलो करता भाई ने किसी कुड़ी नू फोन करता चोरी बड़ी गई चोरी हां जी। हां गीता किदा? हेलो वधिया, तुसी दसो। ओ चंगा मजाक करता यार, जिहड़ा मजाक उत्थे करदे सी ओह लागे प्रोड्यूसर सी मेरे बैठा। ठीक है हां यार मंगी भरा की हां अंदर आके आना बैठ के पहला मेरी पहला नहीं बैठ ला यार सवेरे फिर उधर जाना चंडीगढ़ भरावा। एक फोन फोन बाद कर ली। नहीं फोन मैं गीते नु करदा, मैं ओ तो ओनु पुछला पछक दी गीते नु मैं की किया सीगा। नहीं अच्छा गीता लाइन ते नहीं गीता लाइन ते आप नहीं प्रोड्यूसर की चक्कर आ गीते। हेलो गल होई की ओनु प्रोड्यूसर विच बोलया कुछ तुसी गालां गुलां कड्डी सानू थोड़ी पता भारी इस तरह। देखो ਮੈਂ ਤਾਂ ਮੰਗੀ ਭਾਜੀ ਨੂੰ ਫੋਨ ਕੀਤਾ, ਇਹ ਕਹਿੰਦੇ ਮੈਂ ਕਰਦਾ ਮੁੜ ਕੇ ਇਹਨਾਂ ਦਾ ਆਇਆ। ਮੈਂ ਕਿਹਾ ਭਾਜੀ ਕੀ ਕਰਦੇ ਸਪੀਕਰ ਫੋਨ ਲਾਇਆ ਨਾ ਸਪੀਕਰ ਲੱਗਾ ਲਾਤ ਬੋਲ ਗੱਲ ਸਪੀਕਰ ਲਾ ਤਾਹੀ ਮੈਂ ਕਿਹਾ ਮਾਈਕ ਲੈਤੀ। ਮੈਂ ਕਿਹਾ ਭਾਜੀ ਕੀ ਕਰਦੇ ਆ? ਇਹ ਕਹਿੰਦੇ ਬਈ ਅਸੀਂ ਫਿਲਮ ਦੀ ਪ੍ਰਮੋਸ਼ਨ ਕਰਦੇ ਆ। ਮੈਂ ਮੋਹਰਿਆ ਗਿਆ, ਮੈਂ ਕਿਹਾ ਭਾਜੀ ਕਿਹੜਾ ਘਰ ਪੜਤਾ? ਇਹ ਕਹਿੰਦੇ ਨਹੀਂ ਮੈਂ ਮੰਨ ਗਿਆ ਉਦਾਂ ਹੀ ਕਰਨੀ ਆ, ਪਰ ਸਾਲਾ ਪ੍ਰੋਡਿਊਸਰ ਨੂੰ ਵਿੱਚ ਬੋਲਣ ਦਾ ਮਤਲਬ ਕੀ ਆ ਯਾਰ? ਉਹਨੇ ਪ੍ਰੋਡਿਊਸਰ ਨੂੰ ਕੀ ਕਹਿਤਾ? ਉਹਨੇ ਪ੍ਰੋਡਿਊਸਰ ਨੂੰ ਕਿਹਾ ਇਹਨੇ ਕਿਹਾ ਤਾਗਾ ਪ੍ਰੋਡਿਊਸਰ ਨੂੰ? ਮੈਂ ਘਰ ਪੜਦਾ ਕੀ ਇਹਨੇ ਭੂੰਡ ਲਾਤਾ ਉਹਨੇ ਯਾਰ ਘਰ ਪੜਦਾ ਮੇਰੇ ਨਾਲ ਗੱਲ ਕਰ ਰਿਹਾ ਯਾਰ ਇਹ ਯਾਰ ਮੰਗੀ ਬੇਵਜ੍ਹਾ ਮਸਾ ਫਿਲਮ ਸਾਲੀ ਰਿਲੀਜ਼ ਹੋਣ ਲੱਗੀ ਆ ਉਹ ਜਾਵੇ ਮੇਰੀ ਗੱਲ ਸੁਣ ਤੂੰ ਮੇਰਾ ਭਰਾ ਆ ਨਿੱਕਾ ਯਾਰ ਇੱਕ ਸਿਸਟਮ ਹੁੰਦਾ ਨਾ ਜੋ ਗੀਤੇ ਗੱਲ ਸੁਣੋ ਅਸੀਂ ਆਪ ਤੋਂ ਗੱਲ ਕਰਨੀ ਛੱਡ ਦਈਏ ਪ੍ਰੋਡਿਊਸਰ ਕਰਕੇ ਸਾਨੂੰ ਮੈਨੂੰ ਤਾਂ ਪਤਾ ਨਹੀਂ ਪ੍ਰੋਡਿਊਸਰ ਨਾਲ ਬੈਠਾ ਸਭ ਤੋਂ ਵੱਡੀ ਗੱਲ ਹੈ ਮੈਂ ਕਿਹੜਾ ਵੀਡੀਓ ਕਾਲ ਕੀਤੀ ਆ ਯਾਰ ਜਾਂ ਤਾਂ ਗੀਤੇ ਇਹਨੂੰ ਚੁੱਪ ਕਰਕੇ ਮਨਾ ਲਾ ਨਹੀਂ ਤਾਂ ਮੈਨੂੰ ਐ ਲੱਗਦਾ ਤੂੰ ਅੱਗ ਲਾ ਕੇ ਖੁਸ਼ ਹੋ ਰਿਹਾ ਯਾਰ ਸੱਚੀ ਮੈਨੂੰ ਤਕਲੀਫ ਬਹੁਤ ਹੋ ਰਹੀ ਆ ਗੱਲ ਦੀ ਮੈਨੂੰ ਫਾਇਦਾ ਦੱਸ ਅੱਛਾ ਨਿੱਕੂ ਬਾਜੀ ਮੈਨੂੰ ਕੀ ਫਾਇਦਾ ਹੋ ਜੀ ਦੱਸੋ ਯਾਰ ਗੀਤੇ ਜਾਂ ਤਾਂ ਇੱਕ ਕੰਮ ਕਰ ਪ੍ਰੋਡਿਊਸਰ ਨੂੰ ਮੈਨੂੰ ਬੁਲਾ ਲੈਣ ਦੇ ਬਾਹਰੇ ਨੇ ਇੱਕ ਵਾਰ ਉਹਨੂੰ ਕਿਸੇ ਤਰੀਕੇ ਸਮਝਾ ਦਿਆ ਕੱਲ੍ਹ ਵੀ ਆਹ ਭਰਾ ਅਸੀਂ ਨਹੀਂ ਇੱਦਾਂ ਕਰਦੇ ਅਸੀਂ ਤਾਂ ਵੈਸੇ ਮਜ਼ਾਕ ਕਰਦੇ ਜੋ ਵੀ ਗੱਲ ਤੁਹਾਡੀ ਹੋਈ ਆ ਮੇਰੀ ਮੇਰੀ ਪ੍ਰੋਡਿਊਸਰ ਨਾਲ ਗੱਲ ਕਰਾ ਦਿਓ ਕੀ ਨਾਮ ਹੈ ਪ੍ਰੋਡਿਊਸਰ ਦਾ ਆ ਗਏ ਨੇ ਪ੍ਰੋਡਿਊਸਰ ਆਪਣੇ ਦੂਜਾ ਰਮਨ ਮੇਰੇ ਵੀਰ
ਗੀਤਾ ਜੀ ਬੋਲੋ। ਮਤਲਬ ਇਹ ਜਿਹੜੇ ਸਿੰਗਰ ਹੈਗੇ ਇਹ ਲੁੱਟਦੇ ਆ ਪ੍ਰੋਡਿਊਸਰਾਂ ਨੂੰ। ਮੇਰੀ ਗੱਲ ਸੁਣਦੇ ਆ, ਮੇਰੀ ਗੱਲ ਸੁਣੀ ਚਲੋ, ਤੁਹਾਡੀ ਗੱਲ ਸੁਣੀ ਤਾਂ ਜਾਂਦਾ, ਤੁਸੀਂ ਕਹਿੰਦੇ ਸਿੰਗਰਾਂ ਨੂੰ ਇਹ ਲੁੱਟਦੇ ਪ੍ਰੋਡਿਊਸਰਾਂ ਨੂੰ। ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ। ਹਾਂਜੀ, ਵੈਸੇ ਤੁਹਾਡੇ ਨਾਲ ਗੱਲ ਕਰਨ ਦਾ ਮੇਰਾ ਕੋਈ ਮਤਲਬ ਨਹੀਂ, ਕਿਉਂਕਿ ਮੈਂ ਤੁਹਾਡੇ ਤੋਂ ਕੁਛ ਲਿਆ ਨਹੀਂ ਹੈਗਾ। ਨਹੀਂ ਮੈਂ ਲਿਆ ਨਹੀਂ ਤਾਂ ਤੂੰ ਬੋਲਿਆ ਕਿਉਂ ਫਿਰ ਮੇਰੇ ਖਿਲਾਫ? ਇਸ ਕਰਕੇ ਕਰ ਰਿਹਾ ਮੈਂ, ਤੁਹਾਡੇ ਚ ਛੋਟੀ ਜਿਹੀ ਕਨਫਿਊਜ਼ਨ ਹੋ ਗਈ, ਮੈਂ ਇਹ ਮੇਰੇ ਭਰਾਵਾਂ ਕਰਕੇ ਤੁਹਾਡੇ ਨਾਲ ਗੱਲ ਕਰ ਲਿਆ। ਨਹੀਂ ਗੱਲ ਨਹੀਂ ਨਹੀਂ ਮੇਰੀ ਸੁਣੀ ਚੱਲਿਓ ਪਹਿਲਾਂ, ਮੈਂ ਸੁਣ ਲਈ। ਹੁਣ ਮੈਂ ਅੱਧਾ ਘੰਟਾ ਤੇਰੀ ਗੱਲਾਂ ਨਹੀਂ ਸੁਣੂਗਾ, ਮੈਂ ਜਿਹੜੀ ਗੱਲ ਕਰ ਰਿਹਾ ਉਹ ਸੁਣ ਪਹਿਲੇ। ਤੂੰ ਕਹਿ ਰਿਹਾ ਕਿ ਪੈਸੇ ਦਿੱਤੇ, ਜੇ ਤੂੰ ਮੈਨੂੰ ਜੈਨੂਇਨ, ਮੈਂ ਨਾ ਤੈਨੂੰ ਤੂੰ ਕਹਿਣਾ ਤੇ ਨਾ ਮੈਂ ਚਿੱਟੋ ਸੁਣਨਾ, ਤੇਰੇ ਵਰਗੇ 20 ਪ੍ਰੋਡਿਊਸਰ ਫਿਰਦੇ ਆ ਪੰਜਾਬ। ਅੱਛਾ ਅੱਛਾ, ਤੇ 20 ਪ੍ਰੋਡਿਊਸਰਾਂ ਨੂੰ ਕਿਸੇ ਨੂੰ ਕਹਿਣਾ ਸੀ ਤੈਨੂੰ ਇੱਥੇ ਵੀ ਫਿਲਮ ਬਣਾ? ਇੱਕ ਮਿੰਟ ਖੜ ਜਾ, ਇਹ ਤਾਂ ਬੰਦਾ ਹੋਰ ਬਦਤਮੀਜ਼ ਆ। ਗੀਤੇ ਆਪਾਂ ਇਹੀ ਤਾਂ ਸੋਚ ਰਹੇ ਹਾਂ ਇਦਾਂ ਫੇਰ ਵੱਜ ਜਾਣੀ ਆ ਯਾਰ। ਇੱਕ ਮਿੰਟ ਉਹ ਜਾ ਕੰਮ ਕਰ, ਗੱਲ ਸੁਣ। ਇਹ ਬਦਮਾਸ਼ੀ ਕਰ ਰਹੇ ਤੁਸੀਂ? ਬਦਮਾਸ਼ੀ ਆ, ਕਾਹਦੀ ਬਦਮਾਸ਼ੀ ਆ? ਬਦਮਾਸ਼ੀ ਆ, ਮੈਂ ਕੱਢ ਦੂੰਗਾ ਵਿੱਚ ਹੀ। ਉਹ ਜਾ ਤੂੰ ਹੁਣੀ ਚੱਲ ਗਾਣਿਆਂ ਚ ਬਦਮਾਸ਼ੀ ਕਰਨੀ ਬੜੀ ਆਰਾਮ ਹੁੰਦੀ, ਬਗਾਨੇ ਬੰਦੇ ਬਦਮਾਸ਼ੀ ਕੱਢ ਦਿੰਦੇ ਬ੍ਰੋ। ਇਹ ਧਿਆਨ ਰੱਖੀ ਪਹਿਲੇ, ਨਾ ਮੈਂ ਗਾਣਿਆਂ 'ਚ ਬਦਮਾਸ਼ੀ ਕਰਦਾ, ਨਾ ਮੈਂ ਰੀਅਲਾਈਜ਼ ਕਰਦਾ। ਮੈਂ ਤੈਨੂੰ ਤੁਸੀਂ ਕਰਕੇ ਗੱਲ ਕਰ ਰਿਹਾ ਜੀ, ਮੈਂ ਤੁਸੀਂ ਕਰਕੇ ਤੈਨੂੰ ਜਵਾਬ ਦੇ ਰਿਹਾ ਹਾਂ, ਤਾਂ ਤੇਰਾ ਵੀ ਹੱਕ ਬਣਦਾ। ਤੇਰਾ ਕੀ ਹੁੰਦਾ? ਤੇਰਾ ਕੀ ਹੁੰਦਾ? ਕੀ ਬੋਲਿਆ? ਤੇਰਾ ਵੀ ਹੱਕ ਬਣਦਾ, ਇਹ ਕੀ ਮਤਲਬ? ਨਾ ਇਧਰ ਨੂੰ ਜਾਓ ਗੱਲਾਂ ਨੂੰ, ਉਹ ਬੋਲਣ ਦਿਆ ਬਦਤਮੀਜ਼ੀ ਨੂੰ। ਭਰਾ ਯਾਰ ਤੁਸੀਂ ਇਹਨੂੰ ਸਮਝਾਉਂਦੇ ਕਿ ਨਹੀਂ? ਭਰਾ ਤਾਂ ਬਦਤਮੀਜ਼ੀ, ਇੱਕ ਮਿੰਟ, ਗੀਤਾ ਸਿਰਫ ਇੰਨੀ ਗੱਲ ਸਮਝਾਉਂਦਾ ਕਿ ਸਾਡਾ ਜਿਹੜੀ ਕਨਫਿਊਜ਼ਨ ਆ ਉਹ ਆ ਗੱਲ ਦੀ ਨਹੀਂ। ਇਹ ਗੀਤਾ ਉਹ ਸੁਲਝਾ ਲੈਣ ਦੋ ਯਾਰ। ਨਹੀਂ, ਉਹ ਕਹਿ ਰਿਹਾ ਕਿ ਤੁਸੀਂ ਤੂੰ ਤੜਕ ਤੁਸੀਂ ਵੀ ਯਾਰ ਉਹ ਨਹੀਂ ਜਾਣਦੇ ਹੋ ਇਧਰ, ਇਹਨੇ ਖਾਣੇ ਛੇਤਰ ਅੱਜ। ਅੱਛਾ, ਇਹਦੇ ਛੇਤਰ ਪੈਣੇ ਆ ਅੱਜ, ਰਜਿਸਟਰਡ ਆ। ਉਹ ਭਰਾਵਾ, ਉਹ ਬਿਆਨ ਤੇਰਾ ਕੱਢ ਦਾਂਗੇ, ਕਿਵੇਂ ਸੁਲਝਾ ਲਓਗੇ ਗੱਲ ਨੂੰ? ਬਿਆਨ ਕੱਢ ਦਾਂਗੇ, ਮੈਂ ਕੀ ਗਲਤ ਬੋਲਿਆ? ਹੈ ਹੈ, ਮੈਂ ਤੁਹਾਨੂੰ ਪਹਿਲਾਂ ਤੁਸੀਂ ਮੇਰੀ ਗੱਲ ਧਿਆਨ ਨਾਲ ਸੁਣੋ। ਸੁਣਾਓ। ਮੈਂ ਮੰਗੀ ਭਾਜੀ ਨੂੰ ਕਿਹਾ, ਜਦੋਂ ਮੈਨੂੰ ਨੀ ਜੀ ਪਤਾ ਫਿਲਮ ਦੀ ਪ੍ਰੋਮੋਸ਼ਨ ਕਰਨੀ, ਮੈਨੂੰ ਪਤਾ ਨੀ ਤੁਹਾਡੀ ਫਿਲਮ ਆਉਣੀ ਆ। ਮੈਂ ਮੰਗੀ ਭਾਜੀ ਨੇ ਗੱਲ ਕਹੀ, ਮੈਂ ਕਿਹਾ ਮੈਂ ਪਹਿਲਾਂ ਫੋਨ ਕੀਤਾ ਨੀ, ਚੱਕਿਆ ਨੀ, ਮੁੜ ਕੇ ਇਹਨਾਂ ਕਾਲ ਆਇਆ। ਮੈਂ ਕਿਹਾ ਭਾਜੀ ਕੀ ਕਰਦੇ ਹੋ? ਕਹਿੰਦਾ ਯਾਰ ਮੈਂ ਫਿਲਮ ਦੀ ਪ੍ਰਮੋਸ਼ਨ ਤੇ ਆ। ਮੈਂ ਕੀ ਮਜ਼ਾਕ ਚ ਗਿਆ ਉਹਨਾਂ ਦੁਆਰਾ, ਇਹਦਾ ਘਰ ਪਟਕਾ ਜਸਟ ਮਜ਼ਾਕ ਚ, ਮੈਨੂੰ ਨੀ ਪਤਾ ਤੁਹਾਡਾ ਸਪੀਕਰ ਫੋਨ ਲੱਗਾ ਆ, ਤੁਸੀਂ ਇਕੱਠੇ ਹੋ, ਆਈ ਡੋਂਟ ਨੋ ਐਨੀਥਿੰਗ। ਮੈਂ ਨਾ ਟੌਂਚ ਮਾਰੀ, ਇਹ ਸਾਡਾ ਰੈਗੂਲਰ ਇੱਕ ਦੂਜੇ ਨਾਲ ਮਜ਼ਾਕ ਨੀ ਚੱਲਦਾ, ਅਸੀਂ ਮਜ਼ਾਕ ਚ ਗੱਲ ਕੀਤੀ। ਇਹ ਕਹਿੰਦਾ ਨਹੀਂ ਭਰਾਵਾ ਬਈ ਮੈਨੂੰ ਕੀ ਪਤਾ, ਤਾਂ ਆਪਣਾ ਹੀ ਪੱਟਿਆ ਹੋਇਆ। ਮੰਗੀ ਭਾਈ ਦੇ ਜਵਾਬ ਇਹ ਸੀ ਫਿਰ ਹਾਲੇ ਤਾਂ ਪੇਮੈਂਟ ਵੀ ਨੀ ਮਿਲੀ। ਆਹ ਗੱਲ ਹੋਈ ਆ। ਚਲੋ ਇਹ ਗੱਲ ਨੂੰ ਮਕਾਣੀ ਹੈ ਨਾ, ਗੱਲ ਮਕਾਣਾ ਚਾਹੁੰਦੇ ਤੁਸੀਂ? ਤੁਸੀਂ ਗੱਲ ਮਕਾਣਾ ਚਾਹੁੰਦੇ ਹੋ? ਹਾਂਜੀ ਬੋਲੋ ਫਿਰ। ਕੁਕੜੂ ਜਿਹੜੀਆਂ ਗਾਲਾਂ ਕੱਢੀਆਂ ਪੈ ਵੀ ਵਿੱਚ ਪਾਈ, ਫਿਰ ਜੇ ਦੀਪ ਲਾਈ ਨਾ ਮੈਂ ਤਾਂ ਲਾਈਵ ਹੋ ਕੇ ਗਾਲਾਂ ਕੱਢੂ ਸਾਰਿਆਂ ਨੂੰ ਵਿੱਚੇ। ਥੈਂਕ ਯੂ, ਲਵ ਯੂ, ਥੈਂਕ ਯੂ ਵੈਰੀ ਵੀਰ, ਓਕੇ।